ਈਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਕਰੰਟ ਇਸ਼ੂ ਲਈ ਚੱਲਦੇ ਹਾਂ। ਗਿੱਦੜਵਾਹਾ ਤੋਂ ਬਹੁਤ ਹੀ ਅਹਿਮ ਖਬਰ ਆ ਰਹੀ ਹੈ ਕਿ ਰਾਤ ਦੇ ਹਨੇਰੇ ਵਿੱਚ ਘਰਾਂ ਦੇ ਵਿੱਚ ਚਿੱਠੀਆਂ ਸੁੱਟੀਆਂ ਜਾ ਰਹੀਆਂ ਸਨ, ਜੋ ਧਮਕੀ ਭਰੀਆਂ ਚਿੱਠੀਆਂ ਸਨ, ਔਰ ਉਸ ਦੇ ਵਿੱਚ 50,000 ਰੁਪਏ ਦੀ ਮੰਗ ਵੀ ਕੀਤੀ ਜਾ ਰਹੀ ਸੀ, ਔਰ ਇਹ ਜਿਹੜਾ ਚਿੱਠੀਆਂ ਸੁੱਟਣ ਦਾ ਸਿਲਸਿਲਾ ਹੈ ਇਹ CCTV ਵਿੱਚ ਹੋ ਗਿਆ ਕੈਦ। ਕਿਹਨਾਂ ਵੱਲੋਂ ਇਹ 50,000 ਦੀ ਮੰਗ ਕੀਤੀ ਹੈ ਔਰ ਕਿਹੜੇ ਗਰੁੱਪ ਦੇ ਲੋਕ ਸਨ ਜਿਨ੍ਹਾਂ ਨੇ ਚਿੱਠੀਆਂ ਲਿਖੀਆਂ ਔਰ ਗਿੱਦੜਵਾਹ ਦੇ ਲੋਕਾਂ ਨੂੰ ਰਾਤ ਭਰ ਕਰਦੇ ਰਹੇ ਪਰੇਸ਼ਾਨ? ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਗਿੱਦੜਵਾਹ ਤੋਂ ਸੋਨੀ ਢੱਲਾ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਅਪਡੇਟ। ਢੱਲਾ ਸਾਹਿਬ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਤੁਹਾਡੇ ਕੋਲ? ਸੋਮ ਦੀ ਜਿਹੜੀ ਇਹ ਘਟਨਾ ਹੈਗੀ ਹੈ, ਇਹ ਰਾਤ ਦੇ ਸਮੇਂ ਦੀ ਕੁਛ ਇੱਕ ਵਿਅਕਤੀ ਵੱਲੋਂ ਜਿਹੜਾ ਕਿ CCTV ਫੁਟੇਜ ਵਿੱਚ ਕੈਦ ਹੋ ਗਿਆ, ਉਸ ਵੱਲੋਂ ਤਕਰੀਬਨ 50 ਤੋਂ ਲੈ ਕੇ 60 ਘਰਾਂ ਦੇ ਵਿੱਚ ਹੱਥ ਲਿਖਤ ਆਪਦੀ ਹੱਥ ਲਿਖਤ ਜਿਹੜੀਆਂ ਇੱਕ ਚਿੱਠੀ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ, ਉਹ ਸਿੱਟੀਆਂ ਧਮਕੀ ਭਰੀਆਂ ਚਿੱਠੀਆਂ, ਜਿਸ ਦੇ ਵਿੱਚ ਉਹਨਾਂ ਨੇ ਜਿਹੜੀ ਡਿਮਾਂਡ ਕੀਤੀ ਹੈ ਕਿ ਜੇ ਤਾਂ ਤੁਸੀਂ ਮੈਨੂੰ 50,000 ਰੁਪਏ ਦਿਓਗੇ ਤਾਂ ਠੀਕ ਹੈ, ਜੇ 50,000 ਰੁਪਏ ਤੁਸੀਂ ਮੈਨੂੰ ਨਹੀਂ ਦਿੱਤੇ ਅੰਜਾਮ ਜਿਹੜਾ ਹੈਗਾ ਭੁਗਤਣ ਵਾਸਤੇ ਤਿਆਰ ਰਹੋ। ਤੇ ਇਸ ਕਰਕੇ ਜਿਹੜੇ ਮੁਹੱਲੇ ਵਾਸੀਆਂ ਦੇ ਵਿੱਚ ਪੂਰਾ ਖੌਫ ਪਾਇਆ ਗਿਆ। ਮੁਹੱਲੇ ਨਿਵਾਸੀ ਜਿਹੜੇ ਸੀਗੇ, ਜਦੋਂ ਉਹ ਸਵੇਰੇ ਆਪਦੇ ਉੱਠੇ ਤੇ ਉੱਠ ਕੇ ਜਦੋਂ ਆਪਾਂ ਬਾਰ ਖੋਲਣ ਤੋਂ ਪਹਿਲਾਂ ਹੀ ਉਹਨਾਂ ਨੇ ਜਦੋਂ ਕੁਛ ਬੰਦੇ ਨੇ ਚਿੱਠੀਆਂ ਦੇਖੀਆਂ ਤੇ ਉਹਨਾਂ ਨੇ ਨਾਲ ਵਾਲੇ ਗੁਆਂਢੀ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਮਿਲੀਆਂ ਹੈਗੀਆਂ, ਤੇ ਹੜਕਮ ਤਾਂ ਉਦੋਂ ਮੱਚ ਗਿਆ ਵੀ ਜਦ ਨਾਲ ਵਾਲੇ ਗੁਆਂਢੀ ਨੇ ਨੂੰ ਦੱਸਿਆ ਤਾਂ ਉਹ ਕਹਿੰਦਾ ਵੀ ਸਾਡੇ ਘਰੇ ਵੀ ਇਹ ਚਿੱਠੀ ਜਿਹੜੀ ਮੌਜੂਦ ਹੈ। ਅਗਲੇ ਨੂੰ ਪੁੱਛਿਆ, ਉਹ ਕਹਿੰਦਾ ਵੀ ਸਾਡੇ ਘਰੇ ਵੀ ਮੌਜੂਦ ਹੈ। 50 ਤੋਂ ਲੈ ਕੇ 60 ਘਰਾਂ ਦੇ ਵਿੱਚ ਇਹ ਜਿਹੜੀਆਂ ਧਮਕੀ ਭਰੀਆਂ ਚਿੱਠੀਆਂ ਸਿੱਟੀਆਂ ਗਈਆਂ। ਉਸ ਤੋਂ ਬਾਅਦ ਜਿਹੜੀ ਇਹਦੀ ਸਾਰੀ ਘਟਨਾ ਦੀ ਜਿਹੜੀ ਜਾਣਕਾਰੀ ਸੀਗੀ ਗਿੱਦੜਵਾਹ ਪੁਲਿਸ ਥਾਣੇ ਵਿੱਚ ਜਿਹੜੀ ਉੱਥੋਂ ਦੇ ਮੌਜੂਦ ਲੋਕ ਸੀ ਉਹਨਾਂ ਨੇ ਦੇ ਦਿੱਤੀ ਜੀ। ਲੇਕਿਨ ਸੋਨੀ ਜੀ, ਕਿਸ ਗਰੁੱਪ ਵੱਲੋਂ ਚਿੱਠੀਆਂ ਸੁੱਟੀਆਂ ਗਈਆਂ, ਕੁਛ ਇਹੋ ਜਿਹਾ ਕਲੀਅਰ ਹੋਇਆ? ਜਿਹੜਾ ਉਹਦੇ ਵਿੱਚ ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ, ਸਾਫ਼ ਸਾਫ਼ ਸ਼ਬਦਾਂ ਵਿੱਚ ਇੰਗਲਿਸ਼ 'ਚ ਇਹ ਚਿੱਠੀ ਲਿਖੀ ਹੋਈ ਹੈ, ਉਹਨਾਂ ਨੇ ਦੱਸਿਆ ਵੀ ਦੋ ਨੰਬਰ ਵੀ ਕਾਇਦਾ ਦਿੱਤੇ ਆ, ਜਿਹੜਾ ਇੱਕ ਨੰਬਰ ਗਿੱਦੜਵਾਹ ਦਾ ਹੈ ਤੇ ਦੂਸਰਾ ਨੰਬਰ ਕਿਤੇ ਬਾਹਰਲੀ ਸਟੇਟ ਦਾ ਬੋਲਦਾ। ਤੇ ਉਸਦੇ ਵਿੱਚ ਉਹਨਾਂ ਨੇ ਲਾਰਸ ਬਿਸ਼ਨੋਈ ਗਰੁੱਪ ਦਾ ਜਿਹੜਾ ਨਾਮ ਜਿਹੜਾ ਉਹਦੇ ਵਿੱਚ ਯੂਜ ਕੀਤਾ ਹੈਗਾ, ਉਹਨਾਂ ਨੇ ਦੱਸਿਆ ਲਾਰਸ ਬਿਸ਼ਨੋਈ ਗਰੁੱਪ। ਪਰ ਕਿਤੇ ਨਾ ਕਿਤੇ ਜਿਹੜਾ ਹੈਗਾ, ਜਿਹੜੀਆਂ 50 ਤੋਂ 60 ਚਿੱਠੀਆਂ ਸੀ ਇੱਕ ਬੰਦੇ ਵੱਲੋਂ ਜਿਹੜਾ ਇਹ ਕੀਤਾ ਗਿਆ, ਸ਼ੱਕ ਦੇ ਘੇਰੇ ਵਿੱਚ ਹੈ। ਜਿਹੜੀ ਇਹ ਸਾਰੀ ਘਟਨਾ ਸੀਗੀ CCTV ਕੈਮਰੇ 'ਚ ਜਿਹੜੀ ਕੈਦ ਹੋ ਗਈ ਸੀਗੀ, ਉਸ ਤੋਂ ਬਾਅਦ ਜਿਹੜੇ ਜਦੋਂ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਸੀਗੀ, ਪੁਲਿਸ ਮੌਕੇ ਤੇ ਜਿਹੜੀ ਪਹੁੰਚ ਚੁੱਕੀ ਹੈ, ਪੁਲਿਸ ਨੇ ਜਿਹੜੇ ਅਲੱਗ ਅਲੱਗ ਪਹਿਲੂਆਂ ਤੋਂ ਜਿਹੜੀ ਆਪਦੀ ਹੈਗੀ ਤਫਤੀਸ਼ ਜਾਰੀ ਕਰ ਦਿੱਤੀ ਹੈ, ਤਫਤੀਸ਼ ਕਰਨ ਲੱਗ ਗਏ ਹੈਗੇ ਆ। ਪਰ ਇੱਥੇ ਜਿਹੜੀ ਮੈਂ ਤੁਹਾਨੂੰ ਜਿਹੜੀ ਅਹਿਮ ਜਾਣਕਾਰੀ ਦੇਣ ਲੱਗਿਆ ਵੀ ਜਿਹੜੀ ਲਾਰਸ ਬਿਸ਼ਨੋਈ ਗਰੁੱਪ, ਇਸ ਦਾ ਨਾਮ ਜਿਹੜਾ ਉਹਨਾਂ ਨੇ ਇਹਦੇ ਵਿੱਚ ਯੂਜ਼ ਕੀਤਾ ਹੈਗਾ। ਪਰ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਜਿਹੜੇ ਬੰਦੇ ਨੇ ਇਹ ਕੰਮ ਕੀਤਾ, ਪੁਲਿਸ ਦੇ ਮੁਤਾਬਕ ਉਹਦੀ ਉਮਰ 30 ਤੋਂ 35 ਸਾਲ ਹੈ, ਪਰ ਇਕੱਲਾ ਬੰਦਾ ਇਹ ਕੰਮ ਨਹੀਂ ਕਰ ਸਕਦਾ। ਜੇਕਰ ਉਸ ਬੰਦੇ ਨੇ ਕੰਮ ਕੀਤਾ ਹੈ, ਇਹ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਵੀ ਜਿਹੜੇ ਬੰਦਿਆਂ ਦੇ ਉਹਨਾਂ ਨੇ ਨੰਬਰ ਯੂਜ਼ ਕੀਤੇ ਹੈ ਉਹਨਾਂ ਨਾਲ ਵੀ ਕਿਤੇ ਨਾ ਕਿਤੇ ਹੋ ਸਕਦਾ ਕੋਈ ਦੁਸ਼ਮਣੀ ਕੱਢਣੀ ਹੋਵੇ ਤਾਂ ਕਰਕੇ ਚਿੱਠੀਆਂ ਪਾਈਆਂ ਹੋਣ, ਜਾਂ ਹੋ ਸਕਦਾ ਹੈਗਾ ਵੀ ਵਾਕਈ ਇਹ ਉਸ ਗਰੁੱਪ ਨਾਲ ਅਟੈਚ ਹੋਵੇ। ਇਹ ਤਾਂ ਇੱਕ ਪੁਲਿਸ ਦੀ ਜਾਂਚ ਦਾ ਵਿਸ਼ਾ ਵੀ ਇਹ ਜਿਹੜੇ ਤੱਤ ਸਾਹਮਣੇ ਆਉਣਗੇ ਉਦੋਂ ਹੀ ਪਤਾ ਲੱਗ ਸਕੇਗਾ ਵੀ ਵਾਕਈ ਜਿਹੜੀ ਇਹ ਸੱਚ ਹੈ ਜਾਂ ਕਿਸੇ ਨੇ ਵੈਸੇ ਹੀ ਮਜ਼ਾਕ ਕੀਤਾ। ਲੇਕਿਨ ਸੋਨੀ ਜੀ, ਮੈਂ ਉਹ ਚਿੱਠੀ ਦੇਖ ਰਿਹਾ, ਇੰਨੀ ਹੈਂਡਰਾਈਟਿੰਗ ਜਿਹੜੀ ਆ ਉਹ ਲੱਗਦਾ ਕਿ ਮਤਲਬ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਨਹੀਂਗਾ। ਦੇਖੋ ਜੀ, ਇੱਕ ਇਹ ਵੀ ਗੱਲ ਤੁਹਾਡੀ ਬਿਲਕੁਲ ਜਾਇਜ਼ ਆ ਵੀ ਉਹ ਪੜ੍ਹਿਆ ਲਿਖਿਆ ਵੀ ਜ਼ਿਆਦਾ ਨਹੀਂ, ਕਿਉਂਕਿ ਉਹਨਾਂ ਨੇ ਜਿਹੜੇ ਸ਼ਬਦ ਲਿਖੇ ਆ ਉਹਦੇ ਵਿੱਚ ਬੜੀਆਂ ਗਲਤੀਆਂ ਹੈਗੀਆਂ। ਪਰ ਇਹ ਵੀ ਤੁਸੀਂ ਸੋਚੋ ਵੀ 50 ਤੋਂ 60 ਚਿੱਠੀਆਂ ਲਿਖਣ ਵਾਸਤੇ ਟਾਈਮ ਕਿੰਨਾ ਲੱਗਦਾ। ਹਰ ਚਿੱਠੀ ਉਹਨੇ ਆਪਦੇ ਹੱਥ ਲਿਖ ਚਿੱਠੀ ਹੈ ਜਿਹੜੀ ਉਹਨੇ ਘਰ ਦੇ ਵਿੱਚ ਚਿੱਠੀ ਹੈਗੀ ਹੈ ਜੀ। ਜਈ ਸਾਹਿਬ, ਰਾਤ ਨੂੰ ਕੋਈ ਪਰਚੀਆਂ ਵੰਡ ਕੇ ਗਿਆ ਤੁਹਾਡੇ ਕੋਲ, ਉਹਦੇ 'ਚ ਕੀ ਲਿਖਿਆ ਸੀ? ਉਦੋਂ ਸਾਨੂੰ ਬਾਰਿਸ਼ ਪਿਆ, ਰੁਕਾ ਮਿਲਿਆ ਹੈਗਾ ਜੀ। ਉਹ ਰੁਕਾ ਪਹਿਲਾਂ ਨੋਰਮਲੀ ਸਮਝ ਲਿਆ ਜੀ, ਬਾਅਦ ਸ਼ੱਕ ਪੈਣ ਡਿਆ ਸੀ, ਉਸਨੂੰ ਪੜ੍ਹਿਆ ਜੀ। ਉਹਦੇ 'ਤੇ ਲਿਖਿਆ ਸੀ ਕਿ ਵੀ ਅਸੀਂ ਵਾਰ ਵਾਰ ਤੁਹਾਨੂੰ ਮੈਸੇਜ ਭੇਜੇ ਜੀ, ਤੁਸੀਂ ਇਹਨਾਂ ਨੂੰ ਮਜ਼ਾਕ ਸਮਝ ਲਿਆ ਜੀ, ਸਾਨੂੰ ਗਾਲਾਂ ਕੱਢਦੇ ਰਹੇ ਜੀ, ਤੁਸੀਂ ਆਪਣੀ ਮੌਤ ਦੇ ਆਪ ਜ਼ਿੰਮੇਵਾਰ ਹੈ ਜੀ। ਹੁਣ ਤੁਹਾਨੂੰ ਪਤਾ ਲੱਗ ਜਾਏਗਾ ਜਦੋਂ ਘਰ ਘਰ ਦੇ ਵਿੱਚ ਇੱਕ ਜਣੇ ਨੂੰ ਮਾਰਿਆ ਗਿਆ। ਤੁਸੀਂ ਜੇਕਰ ਆਪਣੀ ਉਹ ਚਾਹੁੰਦੇ ਹੋ ਜਾਣ ਦੀ ਰਖਵਾਲੀ ਤਾਂ 50,000 ਰੁਪਇਆ ਤੁਹਾਨੂੰ ਮੈਨੂੰ ਦਿਓ ਤੇ ਫਿਰ ਤੁਸੀਂ ਬਚਤ ਹੋ ਸਕਦੇ। ਉਹਦੇ 'ਤੇ ਦੋ ਨੰਬਰ ਲਿਖੇ ਗਏ ਸੀਗੇ ਤੇ ਥੱਲੇ ਲਿਖਿਆ ਸੀਗਾ ਜਿਹੜਾ ਗਰੁੱਪ ਹੈ ਬਿਸ਼ਨੋਈ ਗਰੁੱਪ, ਬਿਸ਼ਨੋਈ ਗਰੁੱਪ ਵੱਲੋਂ ਆਇਆ ਲਾਰੈਂਸ ਗਰੁੱਪ, ਬਿਸ਼ਨੋਈ ਗਰੁੱਪ। ਉਹਦੀ ਬੈਗ ਸਾਈਡ 'ਤੇ ਲਿਖੇ ਸੀ 50,000 ਰੁਪਇਆ ਦਿਓ ਨਹੀਂ ਤਾਂ ਮੌਤ। ਫਿਰ ਅਸੀਂ ਆਸੇ ਪਾਸੇ ਪਤਾ ਕੀਤਾ ਅਣਖਾਣੀ 'ਚ ਔਰ ਸਭ ਦੇ ਘਰਾਂ ਦੇ ਵਿੱਚ ਇਹ ਬਰਫ ਵਾਲੀ ਗਲੀ 'ਚ ਪਤਾ ਕੀਤਾ ਇੱਥੇ
ਫਿਰ ਅਸੀਂ ਪੁਲਿਸ ਸਟੇਸ਼ਨ ਰਿਪੋਰਟ ਕੀਤੀ। ਮੈਡਮ ਸੁਬਾਹ ਮੈਨੂੰ 7:30 ਵਜੇ ਮੇਰੇ ਦੋਸਤ ਅਸ਼ਵਨੀ ਜੀ ਨੇ ਘੰਟੀ ਮਾਰੀ ਅਤੇ ਮੈਨੂੰ ਉਦੋਂ ਪਤਾ ਲੱਗਿਆ ਵੀ ਬਾਰ ਖੋਲ੍ਹਿਆ ਮੇਰੇ ਬਾਅਦ 'ਚ ਵੀ ਪਰਚੀ ਪਈ ਸੀ, ਜਿਸ ਵਿੱਚ ਮੈਨੂੰ ਧਮਕੀ ਦਿੱਤੀ ਗਈ ਸੀ ਵੀ ਜਾਂ ਤਾਂ 50,000 ਰੁਪਇਆ ਮੈਂ ਵੀ ਸਾਨੂੰ ਦਿੱਤਾ ਜਾਵੇ ਅਤੇ ਨਹੀਂ ਤਾਂ ਤੁਹਾਡੇ ਬੱਚਿਆਂ ਨੂੰ ਅਸੀਂ ਜਾਨੋਂ ਮਾਰ ਦੇਵਾਂਗੇ। ਉਸ ਤੋਂ ਬਾਅਦ ਤੁਸੀਂ ਕੀ ਕੀਤਾ? ਹੌਲੀ ਹੌਲੀ ਜਦੋਂ ਸਾਰੀ ਗਲੀ 'ਤੇ ਪਤਾ ਲੱਗਿਆ ਜਦੋਂ ਰੌਲਾ ਪਿਆ ਤਾਂ ਉਦੋਂ ਪਤਾ ਲੱਗਿਆ ਵੀ ਇੱਥੇ ਘੱਟੋ ਗਲੀ ਦੇ ਵਿੱਚ 30-40 ਘਰਾਂ ਦੇ ਵਿੱਚ ਪਰਚੀਆਂ ਸਿੱਟੀਆਂ ਗਈਆਂ ਨੇ। ਰਾਜੂ ਆਪ ਜੀ ਦੇ ਘਰ ਦੇ ਵਿੱਚ ਕੈਮਰਾ ਵੀ ਲੱਗਿਆ ਹੋਇਆ, ਉਸ ਕੈਮਰੇ 'ਚ ਕੋਈ ਫੁਟੇਜ ਆਈ ਹੈ ਉਸ ਜਵਾਨ ਦੀ? ਹਾਂਜੀ ਮੈਡਮ, ਹੁਣੇ ਅਸੀਂ 10 ਮਿੰਟ ਪਹਿਲੇ ਚੈੱਕ ਕੀਤੀ ਸੀ, ਫੁਟੇਜ ਆਈ ਹੈਗੀ 1:20 ਦੇ ਅਪਰੋਕਸੀਮੇਟਲੀ ਉਹ ਆ ਰਿਹਾ ਬੰਦਾ, ਕੋਈ ਸਿੱਟ ਰਿਹਾ ਪਰਚੀ, ਅਸੀਂ ਉਹ 'ਚ ਉਸ ਚੀਜ਼ ਦੇ ਸਕਰੀਨਸ਼ੋਟ ਵੀ ਲੈਂਦੇ ਨੇ। ਪਹਿਚਾਣ ਆ ਰਹੀ ਹੈ? ਨਹੀਂ ਮੈਡਮ, ਉਸਨੇ ਮੂਲ ਬੈਠਿਆ ਹੋਇਆ। ਲੋਕਾਂ ਨੂੰ ਇੱਕ ਦਹਿਸ਼ਤ ਪੈਦਾ ਕਰਨ ਵਾਸਤੇ ਜਿਹੜੇ ਪਰਚੀਆਂ ਵੰਡੀਆਂ ਗਈਆਂ ਨੇ, ਤੇ ਉਹਦੇ ਬਾਰੇ ਆਪ ਜੀ ਕੀ ਕਹਿਣਾ ਚਾਹੁੰਦੇ ਹੋ? ਮੈਡਮ ਜੀ, ਪਰਚੀਆਂ ਲੋਕਾਂ ਦੇ ਘਰਾਂ ਦੇ ਬਾਹਰ ਸਿੱਟੀਆਂ ਗਈਆਂ ਜੀ, ਉਹਦੇ ਸੰਬੰਧੀ ਅਸੀਂ ਜਿੰਨੇ ਵੀ ਗਲੀ 'ਚ ਸੀਸੀਟੀਵੀ ਕੈਮਰਾ ਸਭ ਚੈੱਕ ਕਰ ਰਹੇ ਹਾਂ ਜੀ, ਤੇ ਉਸ ਬੰਦੇ ਨੂੰ ਆਈਡੈਂਟੀਫਾਈ ਕਰਕੇ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ। ਆਪ ਜੀ ਨੂੰ ਲੱਗਦਾ ਹੈ ਸਰ ਵੀ ਇਹ ਜਿਹੜਾ ਹੈਗਾ ਪਰਚੀਆਂ ਵੰਡੀਆਂ ਗਈਆਂ ਨੇ, ਇਹ ਕੀ ਕੋਈ ਰੀਅਲ ਲਾਈਫ ਨਾਲ ਰਿਲੇਟਡ ਨੇ ਜਾਂ ਏਦਾਂ ਕੁਛ ਲੱਗ ਰਿਹਾ ਕਿ ਫੇਕ ਟਾਈਪ ਦੀਆਂ ਨੇ? ਮੈਡਮ ਜਿਹੜਾ ਇਹੋ ਜਿਹਾ ਇੰਸੀਡੈਂਟ ਹੈ ਉਸ 'ਚ ਕੋਈ ਰੀਅਲ ਟਾਈਪ ਦੀ ਥ੍ਰੈਟ ਨਹੀਂ ਲੱਗਦੀ, ਕਿਸੇ ਦੀ ਸ਼ਰਾਰਤਬਾਜ਼ੀ ਲੱਗਦੀ ਹੈ। ਪਰਚੀ ਦੇ ਵਿੱਚ ਜਨਾਬ 2 ਮੋਬਾਈਲ ਨੰਬਰ ਵੀ ਦਿੱਤੇ ਹੋਏ ਨੇ, ਕੀ ਆਪ ਜੀ ਨੇ ਉਹਨਾਂ ਨੰਬਰਾਂ ਤੇ ਕੋਈ ਕਾਲ ਵਗੈਰਾ ਕਰਕੇ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਹੈ? ਮਨ ਨਾਲ ਕੰਟੈਕਟ ਕੀਤਾ ਗਿਆ ਮੈਡਮ, 1 ਨੰਬਰ ਤਾਂ ਇਸ ਲੋਕਲ ਹੀ ਬੰਦੇ ਦਾ ਜੀ, ਉਹ ਹੁਣ ਬਾਹਰ ਗਿਆ ਹੋਇਆ, ਸ਼ਾਮ ਨੂੰ ਆਊਗਾ, 1 ਨੰਬਰ ਆਊਟ ਆਫ ਸਟੇਟ ਬੋਲ ਰਿਹਾ ਜੀ। ਜਿਹੜਾ ਨੰਬਰ ਸਰ ਆਪ ਜੀ ਨੇ ਟਰੇਸ ਕਰਿਆ, ਉਸ ਦਾ ਨੰਬਰ ਦਾ ਕੋਈ ਵਿਅਕਤੀ ਦਾ ਨਾਮ ਪਤਾ ਲੱਗਿਆ ਕਿੱਥੋਂ ਦੇ? ਪ੍ਰਵੀਨ ਹੈ ਜੀ, ਲੋਕਲ ਗਿੱਦੜਬਾਹਾ ਦਾ ਹੀ ਹੈ। ਵਾਸੀ ਸਰ ਲੋਕਲ ਮਤਲਬ ਗਿੱਦੜਬਾਹਾ ਤੋਂ ਮੁਹੱਲਾ ਵਗੈਰਾ ਕੁਛ ਦੱਸਿਆ ਸੀ ਉਹਨਾਂ ਨੇ? ਬਾਲਮੀਕ ਮੁਹੱਲੇ ਦਾ। ਸੋ ਦੋਸਤੋ, ਇੱਕ ਵਾਰੀ ਫਿਰ ਦੱਸ ਦਈਏ ਕਿ ਗਿੱਦੜਬਾਹਾ ਤੋਂ ਇਹ ਖਬਰ ਸੀ, ਜਿੱਥੇ ਕਿ ਰਾਤ ਨੂੰ 50 ਔਰ 60 ਦੇ ਕਰੀਬ ਘਰਾਂ ਦੇ ਵਿੱਚ ਹੱਥ ਲਿਖਤ ਧਮਕੀ ਭਰੀਆਂ ਜਿਹੜੀਆਂ ਚਿੱਠੀਆਂ ਆ ਉਹ ਸੁੱਟੀਆਂ ਗਈਆਂ, CCTV ਵਿੱਚ ਕੈਦ ਹੋ ਗਈ ਹੈ। ਔਰ ਦੂਸਰੀ ਗੱਲ ਇਹ ਕਿ ਉਸ ਚਿੱਠੀ ਦੇ ਵਿੱਚ 50,000 ਰੁਪਏ ਦੀ ਮੰਗ ਵੀ ਕੀਤੀ ਗਈ ਹੈ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ TV 'ਤੇ।